Oh, Gordon. Fun song? Keep calling me. Pesci. Got it, Pesci. Got it, Pesci. ਭਾਜੀ ਕੀ ਅੱਜ ਤੁਸੀਂ ਵੀ ਕੁਰਸੀ 'ਚ ਫਸੇ ਹੋ ਅੱਛਾ ਜੀ ਤੁਹਾਡੇ ਤੇ ਬਹਿ ਗਿਆ ਹਾਂ ਸਾਹਿਬ ਕੀ ਹਾਲ ਹੈ ਉਹ ਕਿਸੇ ਬੱਚੇ ਕੋਲ ਭੇਜੇ ਆਰਡਰ ਲੈਣ ਕੇ ਲਈ ਜੀ ਖਾਨ ਭਾਈ ਆਰਡਰ ਵਖਲਾ ਜੀ ਅਸਲਾਮ ਅਲੈਕੁਮ ਉਹ ਭਾਜੀ ਮੈਨੂੰ ਪੁੱਛੋ ਕਿ ਭਾਅ ਡਰਿਆ ਤਾਂ ਨਹੀਂ ਆਪ ਚੀਕਾਂ ਮਾਰਨ ਦੇ ਮਰੇ ਕੁਰਸੀ ਦੀ ਵੀ ਚੀਕ ਕਢਾਤੀ ਜੀ ਕੀ ਹਾਲ ਚਾਲ ਠੀਕ ਹੈ ਕੀ ਹੈ ਤੁਸੀਂ ਕੀ ਖਾਣਾ ਜੀ ਯਾਰ ਮੈਂ ਖਾਣਾ ਤਵਾ ਤਵਾ ਖਾਲੀ ਖਾਲੀ ਨਹੀਂ ਭਰਿਆ ਤਵਾ ਆਂਦਾ ਜਿਹੜਾ ਆਹ ਜਿਹੜੀ ਸਾਡੀ ਮਸ਼ਹੂਰ ਡਿਸ਼ ਹੈ ਹਾਂਜੀ ਹਾਂਜੀ ਜੀ 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 ਅਹਿਮਦ ਬਲੋਚੀ ਸੱਜੀ ਜੀ ਅਸੀਂ ਬੜੀ ਮਸ਼ਹੂਰ ਹੈ ਪੰਜਾਬ ਦੇ ਵਿੱਚ ਸ਼ਨਵਾਰੀ ਤੋਂ ਬਾਅਦ ਮਤਲਬ ਇਹ ਵੀ ਸ਼ਨਵਾਰੀ ਦਾ ਇੱਕ ਹਿੱਸਾ ਹੈ ਤੁਸੀਂ ਖਾਓਗੇ ਤਾਂ ਤੁਹਾਨੂੰ ਸਵਾਦ ਆ ਜਾਣਾ ਜੀ ਇਹਦਾ ਸੁਣ ਕੇ ਤਾਂ ਮੈਂ ਆਇਆ ਵਾਂ ਜੀ ਜੀ ਅਤੇ ਇਹ ਜਿਹੜਾ ਤਵਾ ਹੁੰਦਾ ਕਿੰਨੇ ਕੁ ਬੰਦਿਆਂ ਸੋ ਜਾਂਦਾ ਇਹ 4-5 ਬੰਦੇ ਖਾ ਲੈਂਦੇ ਜੀ ਅੱਛਾ ਅੱਛਾ ਹਾਂਜੀ ਲੈ ਫਿਰ ਇੱਕ ਤੇ ਬਾਕੀ ਬੰਦੇ ਕਿੱਥੇ ਨੇ ਤੂੰ ਲੈ ਆ ਨਹੀਂ ਨਹੀਂ ਮੈਂ ਤਾਂ ਲੈ ਆਵਾਂਗਾ ਠੰਡਾ ਹੋ ਜਾਣਾ ਬਾਕੀ ਬੰਦੇ ਆ ਜਾਣ ਤੇ ਉਹਨਾਂ ਨੂੰ ਖਵਾ ਦਿੰਨੇ ਯਾਰ ਬੰਦਿਆਂ ਨਾਲ ਤੂੰ ਜੀਰਾ ਕਬੂਤਰ ਹਾਰ ਡੋਲੀ ਖੇਡਣਾ ਲੈ ਮੈਂ ਆਪ ਹੀ ਖਾਣਾ ਸਾਰਾ ਕੁਝ ਪੂਰਾ ਤਵਾ ਅੱਛਾ ਪੂਰਾ ਤਵਾ ਹੋਰ ਤੂੰ ਅੱਧਾ ਅੱਧਾ ਕਰਕੇ ਦੇਣਾ ਨਹੀਂ ਇਕੱਲੇ ਨੇ ਖਾਣਾ ਤੇ ਇਕੱਲੇ ਖਾਣਾ ਕਿਉਂ ਤੁਹਾਡੇ ਅੰਦਰ ਪਰੌਣੇ ਆਏ ਵੀ ਇੱਕ ਤਵਾ ਬੰਦਾ ਉਹ 4 ਬੰਦੇ ਖਾਂਦੇ ਨੇ ਭਾਜੀ ਮਜ਼ਾਕ ਨਾ ਕਰੋ ਆ ਲੈਂਦੇ ਮਹਿਮਾਨ ਨੂੰ ਲੈ ਆਵਾਂਗਾ ਤੈਨੂੰ ਪੈਸਿਆਂ ਨਾਲ ਇਸ਼ੂ ਹੈ ਨਾ ਹਾਂਜੀ ਤੂੰ ਆਪਣਾ ਚੀਜ਼ ਵੇਚ ਮੇਰੇ ਕੋ ਪੈਸੇ ਫੜ ਉਹ ਭਾਜੀ ਇੰਨੀ ਰੋਟੀ ਖਾ ਕੇ ਤੁਸੀਂ ਬੇਹੋਸ਼ ਹੋ ਜਾਓ ਮੈਂ ਪੈਸੇ ਕਿੱਥੋਂ ਲੈਣੇ ਫਿਰ ਮੇਰੀ ਜੇਬ 'ਚੋਂ ਕੱਢ ਲਈ ਨਹੀਂ ਜੇਬ 'ਚ ਹੋਣੀ ਹੀ ਨਹੀਂ ਜਿੱਡੀ ਤੁਹਾਡੀ ਜੇਬ ਹੈ ਮੇਰਾ ਸਾਰਾ ਕੱਪੜਾ ਤੁਹਾਡੇ ਪਿੰਡ ਨੂੰ ਲੱਗ ਜਾਣਾ ਜੇਬ ਜੋਗਾ ਬਚਦਾ ਹੀ ਨਹੀਂ ਹੋਣਾ ਜੀ ਯਾਰਾ ਮੇਰੇ ਕੋ ਕਿੰਨੂੰ ਮੇਰੇ ਕੋ ਕੀ ਹੈਗਾ ਕੌਣ ਕਿੰਨੂੰ ਭੇਜਿਆ ਜੀ ਆ ਤੁਸੀਂ ਆ ਵੇਖੋ ਕਹਿੰਦਾ ਇੱਕ ਤਵਾ ਲਿਆਓ ਜਿਹਦੇ ਵਿੱਚ 4 ਬੰਦਿਆਂ ਦਾ ਹੁੰਦਾ ਤੇ ਕਹਿੰਦਾ ਮੈਂ ਇਕੱਲੇ ਨੇ ਖਾਣਾ ਜੀ ਯਾਰ ਆਪ ਦੇ ਦੋ ਉਹ ਖਾਏਗਾ ਪੈਸੇ ਦੇ ਆ ਬਸ ਖਾਨ ਭਾਈ ਉਹ ਖਾ ਕੇ ਪਾਟ ਗਿਆ ਤੇ ਕੌਣ ਜ਼ਿੰਮੇਦਾਰ ਸਾਡੇ ਤੇ ਪੈਣਾ ਜੀ ਅੱਛੀ ਗੱਲ ਨਹੀਂ ਹੈਗੀ ਉਹ ਯਾਰ ਤੂੰ ਆਰਡਰ ਤੇ ਟੋਪੀ ਤੂੰ ਐਂਜ ਭਾਈ ਜੀ ਮੈਂ ਆਪਰੇਸ਼ਨ ਥੀਏਟਰ ਤੋਂ ਆਇਆ ਢਿੱਡ ਤੁਹਾਡਾ ਵੀ ਐਂਡ ਹੈ ਜਿਵੇਂ ਅੱਲਾ ਮੀਆਂ ਖੁਸ਼ੀ ਵਿਖਾਉਣ ਵਾਲਾ ਮੈਂ ਤੇ ਆਪਰੇਸ਼ਨ ਤੋਂ ਆਇਆ ਤੇ ਤੁਸੀਂ ਕਿੱਥੋਂ ਆਏ ਹੋ ਮੈਂ ਜਿੱਥੋਂ ਵੀ ਆਇਆ ਘਰੋਂ ਆਇਆ ਤੂੰ ਆਰਡਰ ਲਿਆ ਮੇਰਾ ਭਰਾ ਭਾਜੀ ਬੰਦੇ ਬੁਲਾ ਲਓ ਨਾ ਜ਼ਿਆਦਾ ਹੈਗਾ ਜੀ ਤੇ ਦੋ ਪਲੇਟਾਂ ਲੈ ਆਵਾਂ ਉਹ ਬੰਦੇ ਬੁਲਾ ਲੈਣਾ ਮੈਂ ਉਹ ਪਰਾਤ ਦਾ ਜਨਾਜ਼ਾ ਚੁੱਕਣਾ ਹੈ ਤੂੰ ਰੋਟੀ ਲਿਆ ਗੱਲ ਮੈਨੂੰ ਭੁੱਖ ਬੜੀ ਲੱਗੀ ਮੈਂ ਅੱਗੇ ਰੋਟੀ ਖਾ ਕੇ ਸਫ਼ਰ ਵੀ ਕਰਨਾ ਰੋਟੀ ਖਾ ਕੇ ਤੁਸੀਂ ਫੌਤ ਹੋ ਗਏ ਤੁਹਾਡਾ ਜਨਾਜ਼ਾ ਕਿੰਨੇ ਚੁੱਕਣਾ ਸੀ ਬੰਦੇ ਮਿਹਨਤ ਹੋਣੀ ਹੈ ਅਗਲੇ ਨੇ ਕਹਿਣਾ ਇੱਥੇ ਹੀ ਦਫਨਾ ਦਿਓ ਕਿਉਂ ਦੋ ਹੋਰ ਲੈਣੇ ਨੇ ਯਾਰ ਤੂੰ ਲੈਣਾ ਆਰਡਰ ਕਿ ਨਹੀਂ ਲੈਣਾ ਮੈਂ ਹੋਰ ਕਿਧਰੇ ਚਲਾ ਆਇਆ ਮੈਂ ਤਾਂ ਆਇਆ ਵਾਂ ਸੱਚੀ ਦਾ ਨਾਮ ਸੁਣੇ ਤੇ ਮੈਂ ਆਇਆ ਵਾਂ ਹਾਂ ਜੀ ਆ ਗਏ ਉਹ ਤੇ ਤਿਆਰ ਹੈ ਬਿਲਕੁਲ ਪਿਆ ਜੀ ਬਸ ਫਿਰ ਲੈ ਗਿਆ ਤਿਆਰ ਕੀ ਪਰਸੋਂ ਰੱਖਿਆ ਨਹੀਂ ਪਰਸੋਂ ਦਾ ਕੀ ਉਹ ਮਤਲਬ ਫਰੈਸ਼ ਲੱਗਾ ਨਾ ਹਾਂਜੀ ਹਾਂਜੀ ਲੈ ਫਟਾਫਟ ਲੈ ਉਹਨੇ ਤੇ ਬੰਦੇ ਤੇ ਬੁਲਾ ਲਓ ਬਾਕੀ ਜਿਨ੍ਹਾਂ ਨੇ ਖਾਣਾ ਹੈ ਉਹ ਯਾਰ ਬੰਦੇ ਬੁਲਾ ਲਾਂਗੇ ਯਾਰ ਕੀ ਹੋ ਗਿਆ ਆ ਮੇਰਾ ਹੱਥ ਹੀ ਬੈਠਾ ਬੰਦਾ ਹੀ ਬੈਠਾ ਉਹ ਤੇ ਖਾ ਚੁੱਕੇ ਨੇ ਉਹ ਸਾਰੇ ਭਾਇਆ ਨੂੰ ਖਾ ਚੁੱਕੇ ਨੇ ਤੇ ਹੋਰ ਫਿਰ ਕੀ ਲੈਣਾ ਜੀ ਭਾਈ ਜਾਓ ਉਹ ਤੇ ਵੇਖਣ ਆਏ ਨੇ ਕਿ ਹਾਥੀ ਵੀ ਰੋਟੀ ਖਾਣ ਆਇਆ ਘੱਟੋ ਘੱਟ ਤੁਸੀਂ ਤਾਂ ਨਾ ਹੱਸੋ 19-20 ਦਾ ਹੀ ਫਰਕ ਹੈ 19-20 ਦਾ ਨਹੀਂ ਇੱਕ ਮਣ 19-20 ਦਾ 19-20 ਦਾ ਨਹੀਂ ਫਰਕ ਖਾਨ ਸਾਹਿਬ ਮੇਰੀ ਬਿਸਤੀ ਕਰ ਰਿਹਾ ਮੈਂ ਯਾਰ ਇਹ ਕਿਉਂ ਉਠਾ ਰਿਹਾ ਇਧਰ ਸਰ ਰੱਖੋ ਇਧਰ ਦੱਖ ਮਾਰੋ ਸਲ ਬਗਾਰੇ ਉਧਰ ਬਾ ਇਹ ਤਾਂ ਵੋਟ ਦਾ ਚੁਗਲ ਬਾਬਾ ਦਾ ਇਹ ਪਠਾਨ ਤੇਰੇ ਅੰਦਰ ਉਹ ਕੀ ਖਾਣਾ ਯਾਰ ਮੋਟੇ ਆ ਤਮੀਜ਼ ਨਾਲ ਗੱਲ ਕਰ ਖਾਨ ਸਾਹਿਬ ਮੈਂ ਨਹੀਂ ਲੈਣੀ ਰੋਟੀ ਨਹੀਂ ਯਾਰ ਬੈ ਜਾ ਨਾ ਤੂੰ ਮਾਰਨਾ ਪਿਆ ਯਾਰ ਨਹੀਂ ਸੌਰੀ ਪਿਆਰ ਕੀਤਾ ਯਾਰ ਬੈਠ ਪਿਆਰ ਕੀਤਾ ਚੰਗਾ ਤੇਰਾ ਪਿਆਰ ਹੈਗਾ ਬੈਠੋ ਬੈਠੋ ਤਸ਼ਰੀਫ ਰੱਖੋ ਤੂੰ
ਕੁਰਸੀ ਦਾ ਜ਼ੋਰ ਲੱਗਾ ਭਾਜੀ। ਅੱਛਾ ਇੱਕ ਤਵਾ, ਹਾਂਜੀ, ਤੇ ਦੋ ਸੀਖਾਂ। ਕਿਹੜੀ ਸੀਖਾਂ? ਰੋਟੀ ਅੰਦਰ ਨਹੀਂ ਨੰਘਾਉਣੀ ਯਾਰ, ਤਵੇ ਦੇ ਵਿੱਚ ਪੂਰਾ ਪੈਕੇਜ ਹੁੰਦਾ ਯਾਰ। ਤਵੇ 'ਚ ਪੂਰਾ ਪੈਕੇਜ ਹੁੰਦਾ, ਸੱਜੀ ਹੁੰਦੀ, ਚਾਵਲ ਹੁੰਦੇ ਨੇ, ਤੇ ਚਿਕਨ ਹੁੰਦਾ, ਤੇ ਰੋਟੀਆਂ ਹੁੰਦੀਆਂ, ਨਾਨ ਹੁੰਦੀਆਂ ਨੇ, ਹੋਰ ਕਿੰਨਾ ਕੁਝ ਹੀ ਹੁੰਦਾ ਜਨਾਬ। ਲੈ ਬਸ, ਇਸ ਲਈ ਮੈਂ ਕਹਿੰਦਾ ਬੰਦੇ ਬੁਲਾ ਲਓ ਹੋਰ ਤੁਸੀਂ। ਅੱਛਾ ਜੀ, ਤੇ ਤੁਸੀਂ ਤਵਾ ਹੀ ਖਾਧਾ ਇੱਥੇ ਨਾ? ਹਾਂਜੀ ਸਹੀ ਸੀ, ਬਿਲਕੁਲ ਸਹੀ ਸੀ, ਹੋਰ ਤਵਾ ਚੋਂਦਾ ਸੀ। ਡੁੱਬ ਕੇ ਫੌਤ ਹੋ ਜਾਓ। ਮੇਰਾ ਭਰਾ ਮੈਨੂੰ ਪੈਪ ਹੀ ਲਵਾ ਦੇ ਨਹਿਰ ਚੋਂ। ਪੈਪ ਤੁਸੀਂ ਗੱਡੀ ਧੋਣੀ ਅੰਦਰ, ਪੈਪ ਲਵਾ ਦੇ ਤੁਹਾਨੂੰ ਯਾਰ। ਲਿਆ ਯਾਰ ਪ੍ਰਾਤ, ਭੁੱਖ ਲੱਗੀ ਹੈ, ਤੂੰ ਅਜੀਬ ਮੈਂ ਥੀਏਟਰ ਲਾਇਆ ਬੈਠਾ। ਉਹ ਯਾਰ ਪਾਏ ਨਾ, ਤੁਸੀਂ ਵਾਕਈ ਇਕੱਲੇ ਨਹੀਂ ਖਾਣੀ ਹੈ ਯਾਰ। ਉਹ ਇਕੱਲੇ ਹੀ ਖਾਣੀ, ਹੋਰ ਕਿਹਨੇ ਖਾਣੀ ਮੇਰੇ ਨਾਲ? ਖਾਣੀ ਚਲਾ ਗਿਆ ਕਾਨ ਬਾਈ, ਇਹਨੇ ਸਾਡੀ ਕੋਈ ਕੁਰਸੀ ਵੀ ਖਾ ਜਾਣੀ ਨਾਲ, ਦੇ ਦੇ ਦੇ। ਕਦੋਂ ਦੇ ਭੁੱਖੇ ਹੋ? ਇਹ ਤੁਹਾਡੀ ਵੀ ਆਉਂਦੇ ਨਾਲ ਇਹੋ ਜਿਹੀ ਸਰਵਿਸ ਹੋਈ ਸੀ? ਆਰਡਰ ਸਖਤ ਮਿਲਦਾ ਨਾ, ਇਸ ਵਾਸਤੇ ਭੁੱਖ ਲਵਾ ਲਾ, ਖਾਣਾ ਤੇ ਹੈ ਹੀ ਨਾ। ਮੈਂ ਇੰਜੀਨੀਅਰ ਜਨਾ, ਜਿਵੇਂ ਤੁਰ ਜਾ ਰਿਹਾ, ਮੈਂ ਲੈ ਕੇ ਆ ਰਿਹਾ ਜਨਾਬ। ਉਹ ਲੈ ਗਿਆ, ਆਰਡਰ ਦਿੱਤਾ ਪੈਪਸੀ ਲੈ ਮੈਂ ਨਾਲ। ਆਹੋ, ਤੇ ਪਾਣੀ ਕਿੰਨਾ ਜੀ? ਪਾਣੀ ਵੱਡੀ ਬੋਤਲ ਲੈ, 1 ਲੀਟਰ ਵਾਲੀ ਪਾਣੀ ਵੱਡੀ ਬੋਤਲ, ਉੱਤੇ ਜਿਹੜੀ ਛੱਤ ਤੇ ਪਈ ਉਹ ਲੈ। ਟੈਂਕੀ ਵਾਲੀ ਟੈਂਕੀ ਹੁੰਦੀ ਓਏ, ਉਹ ਬਗਲੋਲ ਟੈਂਕੀ ਹੁੰਦੀ ਓ, ਉਹੀ ਤੁਹਾਡੇ ਵਰਗੀ ਹੁੰਦੀ। ਅੱਛਾ, ਤੇ ਰੋਟੀਆਂ ਭਾਜੀ ਕਿੰਨੀਆਂ ਉਹਦੇ 'ਚ? ਕਿੰਨੀਆਂ ਹੁੰਦੀਆਂ ਉਹਦੇ ਵਿੱਚ? 10 ਹੁੰਦੀਆਂ। ਬਸ ਲੈ, ਕਾਫੀ ਨੇ, ਫਿਰ ਜਿਹੜੇ ਕੱਢਣਗੇ ਮੈਂ ਬਾਈ ਮੰਗਾ ਲਾਂਗਾ। ਤੇ ਨਾਨ ਵੀ ਹੁੰਦੇ ਨੇ ਨਾਲ? ਆਹੋ ਲੈ, ਜਿੱਦ ਕਰਾ, ਟਾਈਮ ਥੋੜ੍ਹਾ ਟਾਈਮ ਥੋੜ੍ਹਾ ਜਲਦੀ ਕਰ ਲੈ ਭਰਾ। 10 ਨਾਨ, 10 ਰੋਟੀਆਂ, 1 ਤਵਾ ਨਾਲ ਸੱਜੀ ਨਾਲ ਖੱਬੀ, 2 ਸੈਂਟਰ ਵਾਲੀਆਂ। ਇਹ ਭਾਜੀ ਰਾਇਤਾ ਵੀ? ਬੰਦਾ ਨਾ ਕੀ ਕਹਿ ਰਿਹਾ ਸੀ, ਕੀ ਸੱਜੀ ਖੱਬੀ? ਕੀ ਸੱਜੀ ਖੱਬੀ ਭਾਜੀ ਨਾਲ ਸੈਂਟਰ ਵਾਲੀ ਦੂਸਰੀ? ਯਾਰ ਤੂੰ ਲੈ ਭਰਾ, ਮੈਨੂੰ ਬੜੀ ਭੁੱਖ ਲੱਗੀ ਤੇਰੀ, ਬੜੀ ਮਿਹਰਬਾਨੀ। ਰਾਇਤਾ ਕਿੰਨਾ? ਦੇਖ ਲੈ ਰਾਇਤੇ ਦੀ, ਦੇਖ ਠੀਕ। ਉਹ ਭਾਈ ਜਿੰਨਾ ਨਾਲ ਰਾਇਤਾ ਹੁੰਦਾ ਨੋਰਮਲ, ਬਸ ਲੈ। ਉਹ ਭਾਜੀ ਬਹੁਤ ਜ਼ਿਆਦਾ ਹੁੰਦਾ, ਤੁਸੀਂ ਇਕੱਲੇ ਨਹੀਂ ਖਾਣੇ ਨੇ ਵਾਕਈ? ਚਲੋ ਮੈਂ ਲੈ ਕੇ ਆਇਆ, ਤੁਸੀਂ ਘਬਰਾਓ ਨਾ ਭਾਜੀ। ਓਹੋ ਫਜ਼ੂਲੇ, ਯਾਰ ਇੱਥੇ ਰੱਖ ਯਾਰ, ਤੂੰ ਕੀ ਮੈਨੂੰ ਚੱਕਰ ਲਵਾ ਰਿਹਾ ਰੋਟੀ ਦੇ? ਅੱਛਾ ਵੀ ਮੁਰਗੀ ਤੇਰਾ ਅੱਲਾ ਵਾਰਸ, ਕਿੱਡੇ ਸ਼ੌਕ ਨਾਲ ਤੈਨੂੰ ਪਕਾਇਆ ਸੀ, ਪਤਾ ਨਹੀਂ ਕਿਹੜੇ ਡੂੰਘੇ ਖੂਹ 'ਚ ਚੱਲੀ। ਅੰਦਰ ਆਪਣਾ ਧਿਆਨ ਰੱਖੀ, ਗੱਲ ਸੁਣ, ਏਰੀਆ ਬਹੁਤ ਹੈ, ਗੁਆਚ ਨਾ ਜਾਈ ਅੰਦਰ ਜਾ। ਇਹ ਰਿਸ਼ਤੇਦਾਰਾਂ 'ਚੋਂ ਸੀ? ਇਹ ਜੀ ਬਿਮਾਰਾਂ 'ਚੋਂ ਸੀ। ਕੋਈ ਨਹੀਂ, ਮੈਂ ਇੱਥੇ ਹੀ ਹਾਂ, ਤੇ ਦੁੱਖ ਸੁੱਖ ਫੁੱਲ ਆ ਜਿਹੜੇ ਫੁੱਲ ਫੁੱਲ ਲਿੱਤੇ ਫੁੱਲ ਲਿੱਤੇ। ਇਹ ਪੁੱਤਰ ਆਪ ਸਾਈਡ 'ਤੇ ਨਹੀਂ ਭੁੱਖ ਲੱਗੀ ਭਾਈ ਨੂੰ, ਇਹਦੇ ਆਪਣੇ ਭਤੀਜੇ ਨੂੰ ਕੈਚਪ ਲਾ ਕੇ ਖਾ ਗਿਆ ਸੀ ਸਰ। ਬੁਲਾ ਲਓ ਹੁਣ ਬੰਦੇ, ਬਾਕੀ ਕਿੱਥੇ ਨੇ? ਉਹ ਮੈਂ ਹੀ ਖਾਣਾ ਸਾਰਾ ਕੁਛ। ਸਾਰਾ ਤੁਸੀਂ ਖਾਣਾ? ਹਾਂਜੀ। ਤੁਸੀਂ ਭਾਜੀ ਅੰਦਰੋਂ ਪਾਟੇ? ਯਾਰ ਮੈਂ ਅੰਦਰੋਂ ਪਾਟੇ ਵਾਂ, ਤੂੰ ਕੀ ਕਰਨਾ, ਟਾਂਗੇ ਲਾਣੇ? ਲਓ ਇਹ ਕੀ ਗੱਲ, ਕਿਸੇ ਦੀ ਕਮੀਜ਼ ਪਾੜ ਕੇ ਰੱਖੀ ਇੱਥੇ? ਅਤੇ ਭਾਜੀ ਵੱਡਿਆਂ ਨੂੰ, ਤੁਹਾਨੂੰ ਤਾਂ ਛੋਟੇ ਲੱਗਣੇ ਨੇ। ਲਓ ਜੀ ਬਿਸਮਿਲਾ ਕਰੋ ਜੀ ਭਾਜੀ, ਫਿਰ ਮੈਂ ਕਰ ਲਾਂਗਾ, ਤੂੰ ਜਾ। ਮੈਨੂੰ ਆਉਂਦੀ ਬਿਸਮਿਲਾ, ਮੈਨੂੰ ਮੇਰੇ ਮਾਂ ਪਿਓ ਨੂੰ ਸਿਖਾਈ ਹੈ। ਜਾ ਮੇਰਾ ਭਰਾ, ਮਾਂ ਪਿਓ ਨੇ ਇਹੀ ਸਿਖਾਇਆ ਕਿ ਇੰਨਾ ਖਾਣਾ। ਹਾਂ ਸਾਹਿਬ, ਸਮਝਾਓ ਕੀ ਇਹਦਾ ਨਾਮ ਹੈ? ਹੈਂ ਗੁੜਾ ਹੈ ਕੀ? ਸਵੇਲ 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 ਨਹੀਂ ਸਹੇਲ। ਓਏ ਓਏ ਓਏ, ਜਿਹੜਾ ਵੀ ਗਲੇਲ ਰਹਿਤਾ ਤੁਹਾਡੇ ਅੱਗੇ ਲੱਗਦਾ, ਬੋਤਲ ਦੇ ਢੱਕਣ 'ਚ ਪਾਇਆ। ਹਾਂ ਸਾਹਿਬ, ਮੈਨੇ ਰੋਟੀ ਛੋੜ ਦੇਣੀ ਔਰ ਮੈਨੇ ਪੈਸੇ ਨਹੀਂ, ਮੈਨੇ ਚਲੇ ਜਾਣਾ। ਤੁਮ ਰੋਟੀ ਖਾਓ, ਤੁਮ ਕਿਉਂ ਭੌਂਕਣ ਡਿਆ ਹੈ? ਆਪ ਰੋਟੀ ਖਾਓ। ਯਾ ਅੱਲਾ ਖੈਰ, ਗਰਮ ਰੋਟੀ ਖਾਣੀ। ਦੇਖੋ ਪਿੱਛੋਂ ਸਾਰੀ ਰੋਟੀ ਭਾਜੀ ਸਾੜੀ। ਸ਼ੁਕਰ ਕਰੋ ਜਿਹੋ ਜਿਹੇ ਨੇ ਮੈਨੂੰ ਦੋ ਮਸਾਂ ਲਾਈਆਂ ਨਾ, ਤੁਹਾਨੂੰ ਨਹੀਂ ਕਿਸੇ ਨੂੰ ਕੁਛ ਕਿਹਾ।
50,000 पूरी रोटी लपेट ली उन्हें। ओ कौन है? खान साहब रोटी और दे दो। अपनी दुकान पे जिन आ गया कोई? जिन ने तो गायब होना भुल गया जी। ओ पूरी बुरकी एक रोटी दी एक बुरकी बस भाजी रज गए। वो है तो शुरू किया मैं की हो गया शुरू च कड़ाई दी काल जा कट लिया पांसा मैं लगता बंदा जेलों आया कुछ और है हाँ जी कुछ होर है खान मैं हम अपनी लत गर्म कर लिया सारा कुछ तो रगड़ गया पिछे बचया की हड्डिया का ढेर ला दिता तू पता नहीं अंदर कुत्ते रखे सारा कुछ रगड़ गया यार कोई शर्म कर बंदा है तू की है तू रगड़ गया मैं तरखान तरखान ही यार वेखे ना तू रोटी बंदे है भी पीना ही लो जी पाजी ये अंदर कोई होर रहा है ए ना खा जाई अल्लाह नबी वारस अल्लाह नबी वारस हाँ जी तुम रब ने बहुत देना माशाल्लाह हाँ जी हाँ जी बड़ा स्वाद आया जी बहुत मजेदार तिके बड़े मजेदार थी सज्जी क्या कमाल बहुत खुश ते क्या बात है हेलो जी 24,350 रुपए जी मुर्गी की हमजा शबाज शरीफ ने डायरेक्ट दिती सी ते तुहानू की अंदर मतलब शबाज शरीफ छड्डन आया सी खाओ खादी है 24,500 पूरी ट्रे खादी है 500 तकलीफ है 500 तकलीफ है तो 500 24,550 रुपए का दे ए जो खादा है मैं तो जना 2000 हो पावे मैं होटल ला खरीद ला 2000 दा हां जी तेरे पे ओदा होटल जेड़ा तू 2000 ते खरीद लेगा रोटी तू इंज खादी जिवें भूआ दे वलीमे ते आया कढ़ पैसे कढ़ दे 24,000 पूरा लेना तेरे कोलों मैं तुसी नहीं बेचाना नहीं ओ साइड ते ने पहले भी तू भी नहीं बेचा की गल है भाई पैसे कादे पैसे कादे पैसे ओ साडा खा के सानू ही मारन दे पैसे कट की कटा 24,550 रुपए कादे 24,550 रुपए एडा महंगा खाना आहो उत्ते की सोने दा फर्क लाए सा तू तो छड्या ही कुछ नहीं थाल भी रगड़ चलना ओ छड्या नहीं तो कस्टमर दी मर्जी छड़े ना छड़े ओ पैसे देने ते फिर गाग दी मर्जी खावे ते साडी मर्जी है पैसे लेने दियो पैसे बिल कट इथे पूरा
ਬਕਾਇਆ ਲਿਆ ਦਾ ਕਿ ਬਾਕੀ ਮੈਂ ਟਿਪ ਰੱਖ ਲਾਂ ਯਾਰ ਰੱਖ ਲੈ ਬਾਕੀ ਫਿਰ ਕਰ ਲਾਂਗੇ ਇਹ ਖਾਨ ਸਾਹਿਬ ਤੁਸੀਂ ਬਿੱਲ ਫੜੋ ਅੱਛਾ ਜੀ ਫਿਰ ਖਾਨ ਸਾਹਿਬ ਬੰਦੇ ਕਿੱਥੇ ਨਹੀਂ ਰੋਟੀ ਬਾਜੀ ਤੇਰੇ ਕੋਲ